ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀਆਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 20 ਮਾਰਚ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 20 ਮਾਰਚ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਤੇ ਐਮਸੀਕਿਊ ਹਰ ਇੱਕ ਐਮਸੀਕਿਊ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੋਇਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਕਿਸ ਗ੍ਰਹਿ ਤੇ ਨੋਕਟਿਸ ਨਾਮ ਦਾ ਇੱਕ ਵਿਸ਼ਾਲ ਜਵਾਲਾਮੁਖੀ ਹਾਲ ਹੀ ਵਿੱਚ ਖੋਜਿਆ ਗਿਆ ਹੈ ਹਾਂਜੀ ਨੋਕਟਿਸ ਨਾਮ ਦਾ ਇੱਕ ਵਿਸ਼ਾਲ ਜਵਾਲਾਮੁਖੀ ਰੀਸੈਂਟਲੀ ਖੋਜਿਆ ਗਿਆ ਮੰਗਲ ਗ੍ਰਹਿ ਤੇ অপশন নাম্বার এ ইজ দা রাইট आंसर नेक्स्ट ਹੈ ਕਿਸ ਰਾਜ ਵਿੱਚ ਇਲੈਕਸ਼ਨ ਕਮਿਸ਼ਨ ਇੰਡੀਆ ਨੇ ਹਾਲ ਹੀ ਵਿੱਚ ਮਿਸ਼ਨ 414 ਮੁਹਿੰਮ ਸ਼ੁਰੂ ਕੀਤੀ ਹਾਂਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਮਿਸ਼ਨ 414 ਮੁਹਿੰਮ ਸ਼ੁਰੂ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ অপশন সি ইজ দা রাইট आंसर ইলেকশন কমিশন অফ ইন্ডিয়া ਨੇ 414 ਬੂਥ ਸਿਲੈਕਟ ਕੀਤੇ ਆ ਜਿੱਥੇ ਵੋਟ ਪ੍ਰਤੀਸ਼ਤ ਘਟਾ ਵੋਟ ਪ੍ਰਤੀਸ਼ਤ ਨੂੰ 60% ਤੋਂ ਜ਼ਿਆਦਾ ਕਰਨ ਦੇ ਲਈ ਮਿਸ਼ਨ 414 ਮੋਹਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤੀ ਆ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ ਦੋ ਕੈਪੀਟਲ ਆ ਇੱਕ ਵਿంటర్ ਤੇ ਇੱਕ ਸਮਰ विंटर कॅपिटल जी धर्मशाला आणि समर कॅपिटल आिमला इथं चिफ मनिस्टर सुखविंद सुखू गवर्नर प्रताप शुक्ला हिमाचल प्रदेश ਦੇ ਵਿੱਚ ਗ੍ਰੇਟ ਹਿਮਾਲਿਆ نیشنل ਪਾਰਕ ਆ ਪਿੰਵੈਲੀ نیشنل ਪਾਰਕ ਆ ਇੰਡਰ ਕਿਲਾ نیشنل ਪਾਰਕ ਆ ਛੀਰ ਗੰਗਾ نیشنل ਪਾਰਕ ਆ ਸਿੰਬਲਵਾੜਾ نیشنل ਪਾਰਕ ਆ ਰੋਹਿਲਾ نیشنل ਪਾਰਕ ਆ ਇਥੋਂ ਦੇ ਫੇਮਸ ਲੋਕਨਾਚਾ ਸ਼ਪੇਲੀ ਹਿਮਾਚਲ ਪ੍ਰਦੇਸ਼ ਦੇ ਵਿੱਚ ਖਜਿਆਰ ਝੀਲ ਆ ਹਿਮਾਚਲ ਪ੍ਰਦੇਸ਼ 12ਵੇਂ ਸਲਾਣਾ ਯਾਤਰਾ ਸਮਿਖਿਆ ਅਵਾਰਡ 2024 ਵਿੱਚ ਸਿਖਰ ਤੇ ਰਿਹਾ हिमाचल प्रदेश ਦੇ ਮੁੱਖ ਮੰਤਰੀ ਨੇ ਪਿੰਡ ਦੇ ਦਰਵਾਜ਼ੇ ਤੇ ਸਰਕਾਰ ਪਹਿਲ ਕਦਮੀ ਦਾ ਉਦਘਾਟਨ ਕੀਤਾ Shimla ਵਿੱਚ Winter Carnival ਦਾ ਯੋਜਨ ਕੀਤਾ ਗਿਆ Himachal Pradesh ਸਰਕਾਰ ਨੇ ਸਕੂਲ ਦੇ ਵਿਕਾਸ ਵਿੱਚ ਸਮੂਹਿਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਵਿਦਿਆਲਿਆ ਪ੍ਰੋਗਰਾਮ ਸ਼ੁਰੂ ਕੀਤਾ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ DHL ਕਨੈਕਟਡਨੈਸ ਇੰਡੈਕਸ ਵਿੱਚ ਟੌਪ ਦਾ ਸਥਾਨ ਹਾਸਲ ਕੀਤਾ DHL ਜਾਨੀ ਕਿ ਡਾਲਸੀ ਹਿਲਬਲੋਪ ਐਂਡ ਲੀਨ ਇਸ ਦੇ ਕੰਡਕਟਡਨੈਸ ਇੰਡੈਕਸ ਵਿੱਚ ਟੌਪ ਦਾ ਸਥਾਨ ਹਾਸਲ ਕੀਤਾ ਸਿੰਗਾਪੁਰ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਤੇ ਸਾਡਾ ਦੇਸ਼ ਭਾਰਤ ਇਸ ਇੰਡੈਕਸ ਦੇ ਵਿੱਚ 62ਵੇਂ ਨੰਬਰ ਤੇ ਆ ਠੀਕ ਹੈ 62 ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਸਿੰਗਾਪੁਰ ਟੌਪ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਕਰੰਸੀ ਆ ਸਿੰਗਾਪੁਰিয়ান ਡਾਲਰ ਪ੍ਰੈਜ਼ੀਡੈਂਟ ਆ ਲੀ ਸ਼ੀਅਨ ਲੂ ਨੈਕਸਟ ਹੈ ਕਿਸ ਰਾਜ ਦੇ ਰਾਜਪਾਲ ਨੇ ਹਾਲ ਹੀ ਵਿੱਚ ਅਸਤੀਫਾ ਦਿੱਤਾ ਹਾਂਜੀ ਰੀਸੈਂਟਲੀ ਅਸਤੀਫਾ ਦਿੱਤਾ ਵਾ ਤੇਲੰਗਣਾ ਦੇ ਰਾਜਪਾਲ ਨੇ ਤੇ ਨਾਮ ਦੱਸੋ ਉਹਨਾਂ ਦਾ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਹਾਂਜੀ ਤੇਲੰਗਣਾ ਸਾਡੇ ਦੇਸ਼ ਭਾਰਤ ਦਾ ਸਭ ਤੋਂ ਲਾਸਟ ਤੇ ਰਾਜ ਬਣਿਆ ਸੀਗਾ ਤੇਲੰਗਣਾ ਤੇ ਇਸ ਦੀ ਕੈਪੀਟਲ ਹੈ ਹైదరాబాద్ ਤੇ ਇਥੋਂ ਦੇ ਗਵਰਨਰ ਸੀਗੇ ਜੀ ਡਾਕਟਰ ਤਮਿਲ ਸਾਹੀ ਸੁਨਦਰਾਜਨ ਇਹਨਾਂ ਨੇ ਰੀਸੈਂਟਲੀ ਅਸਤੀਫਾ ਦੇ ਦਿੱਤਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਤਲੰਗਣਾ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਲੰਗਣਾ ਤਲੰਗਣਾ ਦੀ ਕੈਪੀਟਲ ਕੀ ਆ ਹైదరాబాద్ ਇਥੋਂ ਦੇ ਚੀਫ ਮਿਨਿਸਟਰ ਰਿਵੰਤ ਰੈਡੀ ਨਵੇਂ ਗਵਰਨਰ ਜੋ ਵੀ ਮੰਨ ਗਏ ਹੋ ਮੈਂ ਤੁਹਾਨੂੰ ਦੱਸ ਦੇਵਾਂਗੀ ਤੇ ਤੇਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮਨਸਥਲੀ ਨੈਸ਼ਨਲ ਪਾਰਕ ਆ ਪਾਖਿਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਵਾਈਲਡਲਾਈਫ ਸੈਂਚਰੀ ਆ ਤੇ ਤੇਲੰਗਾਨਾ ਵਿੱਚ ਕੋਮੋਰਾ ਵੈਲੀ ਰੇਲਵੇ ਸਟੇਸ਼ਨ ਦਾ ਨੀ ਪੱਥਰ ਰੱਖਿਆ ਗਿਆ ਤੇਲੰਗਾਨਾ ਇੰਟਰਨੈਟ ਨੂੰ ਮੌਲਿਕ ਅਧਿਕਾਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਹੱਬ ਸਥਾਪਿਤ ਕਰੇਗਾ ਤਲੰਗਣਾ ਦੇ ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਇੱਕ ਹੈਲਪ ਡੈਸਕ ਲਾਂਚ ਕੀਤਾ ਤਲੰਗਣਾ ਸਰਕਾਰ ਦੁਆਰਾ ਪਰਜਾ ਪਾਲਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਲੰਗਣਾ ਸਰਕਾਰ ਔਰਤਾਂ ਤੇ ਟ੍ਰਾਂਸਜੈਂਟਰਾਂ ਲਈ ਮੁਫਤ ਵਸ ਜਤਰਾ ਸ਼ੁਰੂ ਕਰੇਗੀ ਨੈਕਸਟ ਹੈ ਹਾਲ ਹੀ ਵਿੱਚ ਆਰਡੀਨੈਂਸ ਨਿਰਮਾਣ ਦੇਵਸ ਕਦੋਂ ਮਨਾਇਆ ਗਿਆ ਦੇਖੋ ਕੋਲਕਾਤਾ ਦੇ ਵਿੱਚ ਭਾਰਤ ਦੀ ਪਹਿਲੀ ਆਰਡੀਨੈਂਸ ਫੈਕਟਰੀ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੂੰ ਯਾਦ ਕਰਨ ਦੇ ਵਾਸਤੇ 17 ਮਾਰਚ ਨੂੰ ਆਰਡੀਨੈਂਸ ਨਿਰਮਾਣ ਦਿਵਸ ਮਨਾਇਆ ਜਾਂਦਾ অপਸ਼ਨ ਸੀ ਇਸ ਦਾ ਰਾਈਟ ਆਨਸਰ 1 ਮਾਰਚ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਮਾਰਚ ਨੂੰ ਜ਼ੀਰੋ ਭੇਦਭਾਵ ਦਿਵਸ ਮਨਾਇਆ ਗਿਆ ਵਿਸ਼ਵ ਨਾਗਰਿਕ ਰੱਖਿਆ ਦਿਵਸ ਮਨਾਇਆ ਗਿਆ 3 ਮਾਰਚ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ ਵਿਸ਼ਵ ਸੁਣਵਾਈ ਦਿਵਸ ਮਨਾਇਆ ਗਿਆ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ 6 ਮਾਰਚ ਨੂੰ ਕਹਾਣਾ ਦਾ ਸਤੰਤਤਾ ਦਿਵਸ ਮਨਾਇਆ ਗਿਆ 7 ਮਾਰਚ ਨੂੰ ਜਨ ਅਸ਼ੁੱਧੀ ਦਿਵਸ ਮਨਾਇਆ ਗਿਆ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ 10 ਮਾਰਚ ਨੂੰ ਸੀਆਈਐਸਐਫ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਮਹਿਲਾ ਜੱਜ ਦਿਵਸ ਮਨਾਇਆ ਗਿਆ 11 ਮਾਰਚ ਨੂੰ ਵਿਸ਼ਵ ਪਲੰਬਿੰਗ ਦਿਵਸ ਮਨਾਇਆ ਗਿਆ 12 ਮਾਰਚ ਨੂੰ ਮੌਰੀਸਸ ਦਿਵਸ ਮਨਾਇਆ ਗਿਆ 13 ਮਾਰਚ ਨੂੰ ਨੋ ਸਮੋਕਿੰਗ ਡੇ ਮਨਾਇਆ ਗਿਆ 14 ਮਾਰਚ ਨੂੰ ਵਿਸ਼ਵ ਕਿਡਨੀ ਦਿਵਸ ਮਨਾਇਆ ਗਿਆ ਤੇ ਵਿਸ਼ਵ ਮਾਨਵ ਵਿਗਿਆਨ ਦਿਵਸ ਮਨਾਇਆ ਗਿਆ 15 ਮਾਰਚ ਨੂੰ ਵਿਸ਼ਵ ਖਪਤਕਾਰ ਦਿਵਸ ਮਨਾਇਆ ਗਿਆ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਗਿਆ 17 ਮਾਰਚ ਨੂੰ ਸੈਂਟ ਪੈਟ੍ਰਿਕ ਦਿਵਸ ਮਨਾਇਆ ਗਿਆ ਨੈਕਸਟ ਹੈ ਇਸ ਰਾ ਸਰਕਾਰ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ ਹੈ ਹਾਂਜੀ ਪ੍ਰਧਾਨ ਮੰਤਰੀ ਸ਼ੀ ਯੋਜਨਾ ਤੇ ਇਸ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ ਆ ਤਾਮਿਲਨਾਡੂ ਗਵਰਨਮੈਂਟ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਪ੍ਰਧਾਨ ਮੰਤਰੀ ਸਕੂਲ ਫਾਰ ਰਾਈジング ਇੰਡੀਆ ਤੇ ਇਸ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ ਆ ਤਮਿਲਨਾਡੂ ਦੀ ਗਵਰਨਮੈਂਟ ਨੇ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਹੁਣ ਇਹ ਸਹਿਮਤੀ ਤਮਿਲਨਾਡੂ ਗਵਰਨਮੈਂਟ ਨੇ ਦਿੱਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ ਤਮਿਲਨਾਡੂ ਦੀ ਕੈਪੀਟਲ ਕੀ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਆ ਐਮ ਕੇ ਸਟਾਲਿਨ ਗਵਰਨਰ ਆ ਆਰਿਆਨ ਰਵੀ ਤਮਿਲਨਾਡੂ ਦਾ ਫੇਮਸ ਲੋਕ ਨਾਚ ਆ ਭਾਰਤ ਨਟਯਮ ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅੰਨਾ ਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਇਸ ਨੂੰ TX2 ਦਾ ਪੁਰਸ਼ਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਹੈ ਤਾਮਿਲਨਾਡੂ ਦੇ ਵਿੱਚ ਚੈਮਰਮੈਂਕਮ ਝੀਲਾਂ ਕਾਲੀ ਬੈਲੀ ਝੀਲ ਪੋਲੈਕ ਝੀਲ ਕੋਲਾਬੇ ਝੀਲ ਸੋਲਾਬਰਮ ਝੀਲ ਬੀਰਨਮ ਝੀਲ ਕੁੜੇਕਨਾਲ ਝੀਲ ਰੈੱਡ ਹਿਲਸ ਝੀਲ ਅੰਬਤੂਰ ਝੀਲ ਸਿੰਘਾਨਲੂਰ ਝੀਲ ਉਲਟੀ ਝੀਲ ਤਾਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨਿੰਗਲ ਨਾਲਮਾ ਯੋਜਨਾ ਸ਼ੁਰੂ ਕੀਤੀ ਤਮਿਲਨਾਡੂ ਦੇ ਮੰਕ ਮੰਤਰੀ ਨੀਕਰਾ ਸਟ੍ਰਿਕ ਚੋਣ ਅਤੇ ਸੀਮਾਬੰਦੀ ਪ੍ਰਕਿਰਿਆ ਵਿਰੋਧ ਮਤਾ ਪੇਸ਼ ਕੀਤਾ। ਕਵਾਈਲੀ ਔਰਤ ਸ਼ੇਰੀਪਤੀ ਤਮਿਲਨਾਡੂ ਦੇ ਸਿਵਲ ਜਾਜ ਬਣੀ। ਹੰਡੋਈ ਮੋਟਰ ਇੰਡੀਆ ਤੇ ਆਈਆਈਟੀ ਮ드ਰਾਸ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕਰਨਗੇ। ਨੈਕਸਟ ਹੈ ਹਾਲ ਹੀ ਵਿੱਚ ਪਹਿਲੀ ਵਾਰ ਫਾਰਮੂਲਾ 4 ਕਾਰ ਰੇਸ ਇਵੈਂਟ ਕਿੱਥੇ ਸ਼ੁਰੂ ਹੋਇਆ ਹੈ? ਹਾਂਜੀ ਫਾਰਮੂਲਾ 4 ਕਾਰ ਰੇਸ ਇਵੈਂਟ ਹੈ ਜਿਹੜਾ ਇਹ ਸ਼੍ਰੀਨਗਰ ਦੇ ਵਿੱਚ ਸ਼ੁਰੂ ਹੋਇਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਡਬਲਯੂਪੀਐਲ ਦੇ ਦੂਜੇ ਸੀਜ਼ਨ ਦਾ ਖਿਤਾਬ ਕਿਸ ਨੇ ਜਿੱਤੇ ਆ ਹਾਂਜੀ ਡਬਲਯੂਪੀਐਲ ਜਾਨੀ ਕਿ ਊਮਨ ਪ੍ਰੀਮੀਅਰ ਲੀਗ ਤੇਜ ਦੇ ਦੂਜੇ ਸੀਜ਼ਨ ਦਾ ਖਿਤਾਬ ਜਿੱਤੇ ਆ ਰਾਇਲ ਚੈਂਜਲਰਸ ਬੰਗਲੌਰ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦਿੱਲੀ ਕੈਪੀਟਲਸ ਨੂੰ ਹਰਾ ਕੇ ਜਿੱਤੇ ਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਸਾਂਝਕ ਫੌਜੀ ਅਭਿਆਸ ਲਿਮਿਟੇ 2024 ਵਿੱਚ ਹਿੱਸਾ ਲੈਣ ਲਈ ਭਾਰਤੀ ਫੌਜ ਦੀ ਟੁਕੜੀ ਹਾਲੇ ਵਿੱਚ ਕਿੱਥੇ ਰਵਾਨਾ ਹੋਈ ਹਾਂਜੀ ਸੰਯੁਕਤ ਫੌਜੀ ਅਭਿਆਸ ਹੈ ਜਿਸ ਦਾ ਨਾਮ ਹੈ ਲਿੰਟੀਏ 2024 ਦੇ ਵਿੱਚ ਹੀ ਹੋਣ ਜਾ ਰਿਹਾ ਸੈਸ ਸੈਲਸ ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੰਯੁਕਤ ਫੌਜੀ ਅਭਿਆਸ ਲਿੰਟੀਏ 2024 ਭਾਰਤ ਦੀ ਫੌਜ ਜੁਕੜੀ ਇਸ ਦੇ ਵਿੱਚ ਹਿੱਸਾ ਲੈ ਰਹੀ ਆ ਤੇ ਇਹ ਸੈਸ ਸੈਲਸ ਦੇ ਵਿੱਚ ਹੋਣ ਜਾ ਰਿਹਾ ਵਾ ਹੁਣ ਸੈਸ ਸੈਲਸ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸੈਸ ਐਲ ਐਸ ਇਸ ਦੀ ਕੈਪੀਟਲ ਆ ਵਿਕਟੋਰੀਆ ਕਰੰਸੀ ਆ ਸੈਸਲਸ ਰੁਪਇਆ ਪ੍ਰੈਜ਼ੀਡੈਂਟ ਆ ਬਾਬਲ ਰਾਮ ਕਲਵਾ ਨੈਕਸਟ ਹੈ ਹਾਲ ਹੀ ਵਿੱਚ ਸੰਗੀਤ ਕਲਾ ਨਿਧੀ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਸੰਗੀਤ ਕਲਾ ਨਿਧੀ ਅਵਾਰਡ ਮਿਲਿਆ ਵਾ ਟੀ ਐਮ ਕ੍ਰਿਸ਼ਨਾ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੇ ਮਦਰਾਸ ਸੰਗੀਤ ਅਕੈਡਮੀ ਦੇ ਦੁਆਰਾ ਟੀ ਐਮ ਕ੍ਰਿਸ਼ਨਾ ਨੂੰ ਸੰਗੀਤ ਕਲਾ ਨਿਧੀ ਅਵਾਰਡ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਟੀ ਐਮ ਕ੍ਰਿਸ਼ਨਾ ਤੇ ਹੁਣ ਅਵਾਰਡ ਦੀ ਗੱਲ ਆ ਤਾਂ ਮੀਤਾਵ ਕੋਸ਼ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ। ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਿਕਨ ਯਾਮਾਮੋਟੋ ਨੇ 2024 ਦਾ ਪੇਟ ਜਕਰ ਅਵਾਰਡ ਜਿੱਤੇ ਆ। ਭਾਰਤ ਨੂੰ ਖਸਰਾ ਤੇ ਰੂਬੇਲਾ ਚੈਂਪੀਅਨ ਅਵਾਰਡ ਮਿਲਿਆ। ਕ੍ਰਿਸਟੀਨਾ ਪਿਜ਼ਕੋਵਾ ਮਿਸ ਵਰਲਡ 2024 ਦਾ ਖਿਤਾਬ ਜਿੱਤ ਚੁੱਕੀ ਆ। ਜੋਯਾ ਅਤਰ ਅਤੇ ਅਸਮਾ ਖਾਨ ਨੇ ਇੰਡੀਆ ਯੂਕੇ ਅਚੀਵਰਸ ਆਨਰਸ ਜਿੱਤੇ। ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਆਯੁਰਵੈਦਿਕ ਕੈਫੇ ਕਿੱਥੇ ਖੁੱਲ੍ਹਿਆ ਹੈ ਹਾਂਜੀ ਭਾਰਤ ਦਾ ਪਹਿਲਾ ਆਯੁਰਵੈਦਿਕ ਕੈਫੇ ਆ ਜਿਹੜਾ ਇਹ ਕਿੱਥੇ ਖੁੱਲ੍ਹਿਆ ਵਾਂ ਵੈਰੀ ਵੈਰੀ ਇੰਪੋਰਟੈਂਟ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਪੋਖਰਾ ਨੂੰ ਕਿਸ ਰਾਜ ਦੀ ਸੈਰ ਸਪਾਟਾ ਰਾਜਸਥਾਨ ਨੇ ਗੋਸ਼ਿਤ ਕੀਤਾ ਗਿਆ ਇੱਥੇ ਦੇਸ਼ ਆਉਣਾ ਪੋਖਰਾ ਇਸ ਨੂੰ ਸੈਰ ਸਪਾਟਾ ਰਾਜਸਥਾਨ ਨੇ ਗੋਸ਼ਿਤ ਕੀਤਾ ਗਿਆ ਨੇਪਾਲ ਦੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ ਨੇਪਾਲ ਦੀ ਕੈਪੀਟਲ ਆ ਕਾਟਮੰਡੂ ਕਰੰਸੀ ਹੈ ਨੇਪਾਲੀ ਰੁਪਇਆ ਪ੍ਰਾਈਮ ਮਿਨਿਸਟਰ ਪੁਸ਼ਪ ਕਮਲ ਦਾਹਲ ਪਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਪਾਂਡੇਲ ਬਹੁ ਰਾਸ਼ਟਰੀ ਫੋਜੀਆਸ ਸ਼ਾਂਤੀ ਪ੍ਰਯਾਸ 4 ਨੇਪਾਲ ਦੇ ਵਿੱਚ ਸ਼ੁਰੂ ਹੋਇਆ ਨੇਪਾਲ ਦੇ ਤਮਾਂਗ ਭਾਈਚਾਰੇ ਨੇ ਸੋਨਮ ਲੋਸਰ ਮੌਕੇ ਨਵਾਂ ਸਾਲ ਮਨਾਇਆ ਨੇਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10000 ਮੈਗਾਵਾਟ ਬਿਜਲੀ ਨਿਰਜਾਤ ਕਰੇਗਾ ਨੇਪਾਲ ਅਧਿਕਾਰਤ ਤੌਰ ਤੇ ਸੰਮਲਿੰਗੀ ਵਿਆਹ ਨੂੰ ਰਜਿਸਟਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਨੈਕਸਟ ਹੈ ਕੋਟਕ ਬੈਂਕ ਦੁਆਰਾ ਹਾਲ ਹੀ ਵਿੱਚ 1 ਕੋਟਕ ਦੇ ਚੇਅਰਮੈਨ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਕੋਟਕ ਬੈਂਕ ਦੁਆਰਾ 1 ਕੋਟਕ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਜਯਦੀਪ ਹੰਸਰਾਜ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਕੋਟਕ ਮਹਿੰਦਰਾ ਦੇ ਚੇਅਰਮੈਨ ਜਯਦੀਪ ਹੰਸਰਾਜ ਉਨੇ ਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਕਿਸ਼ੋਰ ਮਕਵਾਨਾ ਨੇ ਐਮ ਸੀ ਐਸ ਸੀ ਚੇਅਰਮੈਨ ਵਜੋਂ ਆਉਂਦਾ ਸੰਭਾਲ ਲਿਆ। ਸ਼੍ਰੀ ਏ ਐਸ ਰਾਜੀਵ ਨੂੰ ਸੀ ਬੀ ਸੀ ਵਿੱਚ ਵਿਜੀਲੈਂਸ ਕਮਿਸ਼ਨਰ ਚੁਣਿਆ ਗਿਆ। ਅਨੁਰਾਧ ਅਦਰਵਾਲ ਨੂੰ ਸੰਸਦੀ ਸੁਰੱਖਿਆ ਦਾ ਮੁਖੀ ਬਣਾਇਆ ਗਿਆ। ਆਸਾ ਲਾਕੜਾ ਨੂੰ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਟ੍ਰਾਈਬ ਦਾ ਮੈਂਬਰ ਚੁਣਿਆ ਗਿਆ। ਐਮ ਆਰ ਕੁਮਾਰ ਨੂੰ ਬੈਂਕ ਆਫ ਇੰਡੀਆ ਦਾ ਗੈਰ ਕਾਰਜਕਾਰੀ ਚੇਅਰਮੈਨ ਚੁਣਿਆ ਗਿਆ। ਤੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਸੀ ਸੀ ਬੀ ਐਸ ਸੀ ਦੇ ਬੋਰਡ ਸੀ ਬੀ ਐਸ ਸੀ ਬੋਰਡ ਦੇ ਚੇਅਰਮੈਨ ਚੁਣੇ ਗਏ ਆ ਰਾਹੁਲ ਸਿੰਘ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ